ਕਿਉਂਕਿ ਇਹਨੇ ਸਾਨੂੰ ਕਿਸੇ ਨੇ ਇੱਥੇ ਆਉਣ ਵਾਸਤੇ ਵੀ ਨਹੀਂ ਕਿਹਾ। ਇਹ ਤਾਂ ਸਿਰਫ ਅਸੀਂ ਖਬਰਾਂ ਪੜ੍ਹ ਕੇ ਪ੍ਰੋਗਰਾਮ ਬਣਾਇਆ ਔਰ ਇਸੇ ਕਰਕੇ ਅਸੀਂ ਇੱਥੇ ਪਹੁੰਚ ਗਏ। ਲੇਕਿਨ ਸਾਡੀ ਜ਼ਿੰਮੇਵਾਰੀ ਹੈ, ਪਾਰਟੀ ਦਾ ਅਸੀਂ ਜ਼ਿੰਮੇਵਾਰ ਵਰਕਰ ਹੈ। ਮੇਰੇ ਪ੍ਰਧਾਨ ਮੰਤਰੀ ਦਾ ਅਪਮਾਨ ਹੋਇਆ ਔਰ ਪੰਜਾਬ ਦਾ ਅਪਮਾਨ ਹੋਇਆ, ਪੰਜਾਬੀਅਤ ਦਾ ਅਪਮਾਨ ਹੋਇਆ, ਗੁਰੂਆਂ ਦੀ ਧਰਤੀ ਦਾ ਅਪਮਾਨ ਹੋਇਆ, ਗੁਰੂਆਂ ਦਾ ਅਪਮਾਨ ਹੋਇਆ। ਪੰਜਾਬ ਦੀ ਧਰਤੀ 'ਤੇ ਕਹਿੰਦੀ ਹੈ ਕਿ ਜਿਹੜਾ ਸਾਡਾ ਮਹਿਮਾਨ ਹੈ ਉਹ ਸਾਡਾ ਸਭ ਤੋਂ ਕੀਮਤੀ, ਉਹਦੀ ਸੇਵਾ ਜਿੰਨੀ ਹੋਵੇ ਉਨੀ ਕਰੋ। ਇਹ ਨਹੀਂ ਕਿਹਾ ਵੀ ਤੁਸੀਂ ਡੰਡੇ ਦਿਖਾਓ, ਇਹ ਨਹੀਂ ਕਿਹਾ ਉਹਦਾ ਰਸਤਾ ਰੋਕੋ। ਸਾਡੇ ਤਾਂ ਗੁਰੂਆਂ ਦੀ ਧਰਤੀ 'ਤੇ ਸਿੱਖਿਆ ਦਿੱਤੀ, ਲੰਗਰ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ, ਅੱਜ ਤੱਕ ਚੱਲ ਰਹੀ ਹੈ। ਸੋ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੰਗਰ ਦੇਣ ਦੇ ਆਦੀ ਹਾਂ ਔਰ ਅਸੀਂ ਇਹ ਵੀ ਕਹਿੰਦੇ ਕਿਸਾਨ ਹੈ, ਸਾਡਾ ਕਿਸਾਨਾਂ ਨਾਲ ਕੋਈ ਝਗੜਾ ਨਹੀਂ ਸਾਰੇ ਦੇਸ਼ 'ਚ। ਅਸੀਂ ਕਿਸਾਨਾਂ ਦੇ ਹੱਥਾਂ 'ਚ ਹੀ ਹਾਂ, ਕਿਸਾਨਾਂ ਦੇ ਹੱਕਾਂ ਦੀ ਕਿਵੇਂ ਰੱਖਿਆ ਕੀਤੀ ਜਾਵੇ, ਇਹਦੇ ਵਾਸਤੇ ਮੇਰੇ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਗੱਲਾਂ ਬਿਨਾਂ ਮੰਗੇ ਦਿੱਤੀਆਂ। ਜਦੋਂ ਫਰਟੀਲਾਈਜ਼ਰ ਦੀ ਕੀਮਤ ਇੱਕਦਮ ਵੱਧ ਗਈ, ਪ੍ਰਧਾਨ ਮੰਤਰੀ ਨੇ ਦੇਖਿਆ ਵੀ ਤਾਂ ਇਨਪੁੱਟ ਕਾਸਟ ਵੱਧ ਜਾਏਗੀ, ਕਿਸਾਨ ਕਿੱਥੋਂ ਪੂਰਾ ਕਰੇਗਾ। ਉਹ ਬਿਨਾਂ ਕਿਸੇ ਦੀ ਮੰਗ ਤੋਂ, ਬਿਨਾਂ ਵਿਰੋਧ ਤੋਂ, ਬਿਨਾਂ ਕਿਸੇ ਦੇ ਧਰਨਾ ਲਾਏ ਤੋਂ ਫਰਟੀਲਾਈਜ਼ਰ ਦੀ ਕੀਮਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਫਿਰੋਜ਼ਪੁਰ ਦੇ ਵਿੱਚ ਪੀ ਜੀ ਆਈ ਸੈਟੇਲਾਈਟ ਦਾ ਉਦਘਾਟਨ ਕਰਨਾ ਸੀਗਾ ਔਰ ਬੀ ਜੇ ਪੀ ਦੀ ਰੈਲੀ ਨੂੰ ਸੰਬੋਧਿਤ ਕਰਨਾ ਸੀਗਾ। ਇੱਕ ਸ਼ਡਿਅੰਤਰ ਰਾਹੀਂ ਉਸ ਰੈਲੀ ਨੂੰ ਫਲਾਪ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਧਾਨ ਮੰਤਰੀ ਜੀ ਨੂੰ ਘਰਾਵ ਕਰਾਇਆ ਔਰ 20 ਮਿੰਟ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਬਾਰਡਰ ਤੋਂ 12 ਕਿਲੋਮੀਟਰ ਦੂਰ ਐਡੀ ਅਨਸੁਰੱਖਿਅਤ ਜਗ੍ਹਾ ਦੇ ਉੱਤੇ 20 ਮਿੰਟ ਖੜ੍ਹਨਾ ਪਿਆ ਔਰ 20 ਮਿੰਟ ਬਾਅਦ ਉੱਥੇ ਪ੍ਰਧਾਨ ਮੰਤਰੀ ਜੀ ਉੱਥੋਂ ਵਾਪਸ ਚਲੇ ਗਏ। ਇੱਕ ਪੰਜਾਬ ਸਰਕਾਰ ਵਾਸਤੇ ਡੁੱਬਣ ਵਾਲੀ ਗੱਲ ਹੈ ਔਰ ਜਾਣ ਲੱਗਿਆ ਏਅਰਪੋਰਟ ਦੇ ਉੱਤੇ ਪ੍ਰਧਾਨ ਮੰਤਰੀ ਜੀ ਇਹ ਗੱਲ ਕਹਿੰਦੇ ਹੈ ਔਰ ਵੀ ਆਪਦੇ ਮੁੱਖ ਮੰਤਰੀ ਨੇ ਇਹ ਗੱਲ ਕਿਹਾ ਜੋ ਵੀ ਮੈਂ ਜਿੰਦਾ ਵਾਪਸ ਆ ਗਿਆ, ਇਸ ਗੱਲ ਦੀ ਧੰਨਵਾਦ ਕਰਤਾ। ਇਹ ਬਹੁਤ ਸ਼ਰਮ ਦੀ ਗੱਲ ਹੈ। ਅੱਜ ਤੋਂ ਪਹਿਲਾਂ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਵੀ ਸਰਕਾਰ ਦਾ ਹੋਵੇ, ਚਾਹੇ ਮਨਮੋਹਨ ਸਿੰਘ ਸੀ, ਚਾਹੇ ਅਟਲ ਬਿਹਾਰੀ ਵਾਜਪਾਈ ਸੀ, ਚਾਹੇ ਇਸ ਤੋਂ ਪਹਿਲਾਂ ਰਾਜੀਵ ਗਾਂਧੀ ਸੀ, ਲੇਕਿਨ ਦੇਸ਼ ਦੀ ਸੁਰੱਖਿਆ ਦਾ ਜਿੱਥੇ ਮਸਲਾ ਹੈ, ਪ੍ਰਧਾਨ ਮੰਤਰੀ ਦਾ, ਜਿੱਥੇ ਪ੍ਰਧਾਨ ਮੰਤਰੀ ਕਦੇ ਇੱਕ ਪਾਰਟੀ ਦਾ ਨਹੀਂ ਹੁੰਦਾ, ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਔਰ ਸਭ ਨਾਲੋਂ ਵੱਡੀ ਗੱਲ ਹੈ ਪ੍ਰਧਾਨ ਮੰਤਰੀ ਜੀ ਪੰਜਾਬ ਵਾਸਤੇ ਬਹੁਤ ਵੱਡੀਆਂ ਸੌਗਾਤ ਲੈ ਕੇ ਆ ਰਹੇ ਸੀ। ਅੱਜ ਕੀ ਰੋਲਾ, ਅੱਜ ਕਿਸੇ ਨਾਲ ਕੋਈ ਰੋਲਾ ਹੈ ਹੀ ਨਹੀਂਗਾ, ਕਿਉਂਕਿ ਦੇਖੋ ਪਿਛਲੇ ਸਮੇਂ ਦੇ ਵਿੱਚ ਜੋ ਕਾਨੂੰਨ, ਕ੍ਰਿਸ਼ੀ ਕਾਨੂੰਨ ਸੀ ਤਿੰਨੋਂ, ਉਹ ਵਾਪਸ ਲੈ ਲਏ ਹੈ, ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ, ਕਿਸਾਨ ਯੂਨੀਅਨਾਂ ਨਹੀਂ ਬੈਠੀਆਂ ਸੀਗੀਆਂ ਕਿਸੇ ਜਗ੍ਹਾ 'ਤੇ ਧਰਨੇ 'ਤੇ।